ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਪਹੁੰਚੇ ਹੋਏ ਹਾਂ ਪਿੰਡ ਸੁਹਾਵਾ ਜ਼ਿਲ੍ਹਾ ਤਰਨਤਾਰਨ ਨੇੜੇ ਚੋਲਾ ਸਾਹਿਬ ਜਿੱਥੋਂ ਤੱਕ ਪਰਿਵਾਰ ਬਹੁਤ ਹੀ ਮੁਸ਼ਕਲ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਪਰਿਵਾਰ ਦੇ ਹਾਲਾਤ ਜਾਣਨ ਲਈ ਅਸੀਂ ਉਹਨਾਂ ਦੇ ਪਰਿਵਾਰ ਦੇ ਕੋਲ ਉਹਨਾਂ ਦੇ ਪਿੰਡ ਪਹੁੰਚੇ ਹੋਏ ਹਾਂ ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਪਰਿਵਾਰ ਕਿੰਨਾ-ਕਿੰਨਾ ਤੰਗੀਆਂ ਦੇ ਵਿੱਚੋਂ ਨੰਗ ਰਿਹਾ ਹੈ ਜਵਾਨ ਉਹਨਾਂ ਦਾ ਬੇਟਾ ਹੈ ਜਿਸ ਦੇ ਕਿ ਪਿਛਲੇ 2 3 4 ਮਹੀਨੇ ਤੋਂ ਬਾਹ ਦੇ ਉੱਪਰ ਸੱਟ ਲੱਗੀ ਸੀ ਤੇ ਪਰਿਵਾਰ ਉਸ ਟਾਈਮ ਜਿਹੜਾ ਉਹ ਮੁਸ਼ਕਲਾਂ ਦੇ ਵਿੱਚ ਘਰ ਗਿਆ ਸੀ ਸੋ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਜੀ ਗਰਵੇਲ ਸਿੰਘ ਨਾਮ ਹੈ ਕਿਹੜਾ ਪਿੰਡ ਜੀ ਪਿੰਡ ਸੁਭਾਵਾ ਜੀ ਕੀ ਮੁਸ਼ਕਲ ਆ ਗਈ ਮੁਸ਼ਕਲ ਆ ਗਈ ਭਾਈ ਇਤਰਾ ਮੈਂ ਉੱਥੇ ਬਾਹਰ ਬੈਠਾ ਸੀ ਮੈਲ ਦੇਖਣਦਿਆਂ ਸੀ ਤੇ ਇਤਰਾ ਬੰਦੇ ਆਏ 2 3 ਤੋ ਮੇਰੇ ਤੋਂ ਮੋਬਾਈਲ ਖੋਣ ਪਏ ਆ ਤੇ ਮੈਂ ਵੀ ਮੈਲ ਛਟਿਆ ਨਹੀਂ ਤੂੰ ਨਾ ਵੇਲੇ ਮੇਰੇ ਸਿਰ ਤੇ ਮਾਰੀ ਆ ਤੇ ਫੇਰ ਮੈਂ ਉਸ ਟਰੀਵਨ ਡਿੱਗ ਪਿਆ ਮੈਂ ਦੇ ਕਿ ਬਾਜ ਦੇ ਬਾਹ ਦੇ ਸਟਾਂ ਲਾਗੇ ਤਿੰਨਾਂ ਦਾ ਬਾਹ ਤੋੜ ਗਈ ਅੱਛਾ ਹਾਂਜੀ ਕਿੰਨੇ ਮਹੀਨੇ ਹੋ ਗਏ ਇਹ ਗੱਲ ਚਾਰ ਮਹੀਨੇ ਹੋ ਚੱਲੇ ਹੁਣ ਪਰਿਵਾਰ ਦਾ ਫਿਰ ਕਿਸ ਤਰ੍ਹਾਂ ਚੱਲਦਾ ਪਰਿਵਾਰ ਦਾ ਇਤਰਾ ਹੀ ਆ ਜੀ ਹੁਣ ਘਰ ਦੀ ਮੰਮੀ ਆ ਦੇ ਨਾਲ ਦੀ ਆ ਫੇ ਇਤਰਾ ਦਿਹਾੜੀ ਦਾ ਪਾਚਾਂ ਦੇ ਝੋਨਾ ਚੱਲਣ ਲਾਗੇ ਐਵੇਂ ਚਲਾਉਂਦੇ ਆ ਤੇ ਇਲਾਜ ਕਿਉਂ ਨਹੀਂ ਹੁੰਦਾ ਲਾਏ ਹੋਈ ਪੈਸੇ ਦੁਖ ਨਹੀਂ ਹੁੰਦੇ ਬਾਈ ਅੱਛਾ ਕਿਤੇ ਪਹੁੰਚ ਕੀਤੀ ਸੀ ਇਲਾਜ ਲਈ ਉਹ ਹੀ ਕੀਤੀ ਕੋਈ ਸੁਣਦਾ ਨਹੀਂ ਠੀਕ ਆ ਜੀ ਬਹੁਤ ਹਾਂ ਜੀ ਕਾਰਡ ਬਣਿਆ ਕਾਰਡ ਵੀ ਨਹੀਂ ਚੱਲਿਆ ਅੱਛਾ ਹਾਂ ਜੀ ਤੇ ਕਿਸੇ ਡਾਕਟਰ ਨੂੰ ਵਿਖਾਇਆ ਉਹਨੇ ਕਿਹਾ ਵੀ ਜੇ ਇਲਾਜ ਹੋ ਜੇ ਤਾਂ ਠੀਕ ਹੋ ਸਕਦਾ ਹਾਂ ਜੀ ਉਹ ਭਾਰਵਾਉਂਦੇ ਨੇ ਵੀ ਪੈਸੇ ਲੱਗਣੇ ਕਾਰ ਨਹੀਂ ਚੱਲਦੀ ਜੀ ਸਰਕਾਰੀ ਹਸਪਤਾਲ ਵੀ ਗਏ ਹਾਂ ਤੇ ਉਹਨਾਂ ਨੇ ਨਹੀਂ ਸੁਣੀ ਬੱਚੇ ਕਿੰਨੇ ਤੁਹਾਡੇ ਗੁੱਡੀਆਂ ਤਿੰਨ ਆ ਬਾਈ ਇਨਸ਼ਾਅੱਲਾ ਹਾਂ ਜੀ ਸੋ ਤੁਸੀਂ ਇਸ ਵੀਰ ਦੀ ਗੱਲਬਾਤ ਤੁਸੀਂ ਆਪ ਸੁਣ ਲਈ ਆ ਪਰਿਵਾਰ ਦੇ ਵਿੱਚ ਇਹੀ ਵੀਰ ਕਮਾਉਣ ਵਾਲਾ ਹੀ ਇਹਦੇ ਸੱਟ ਲੱਗਣ ਕਾਰਨ ਜਿਹੜਾ ਉਹ ਘਰ ਮੰਜੇ ਤੇ ਬਹਿ ਗਿਆ 4 ਮਹੀਨੇ ਦਾ ਸਮਾਂ ਹੋ ਗਿਆ ਬੱਚੇ ਛੋਟੇ ਆ ਤਿੰਨ ਗੁੱਡੀਆਂ ਐ ਤੇ ਇਲਾਜ ਜਿਹੜਾ ਉਹ ਸਭ ਤੋਂ ਮੇਨ ਜਿਹੜੀ ਆ ਮੁਸ਼ਕਲ ਉਹ ਪਰਿਵਾਰ ਨੂੰ ਇਲਾਜ ਦੀ ਆ ਸੋ ਦਾਨੀ ਸੱਜਣਾ ਅਗੇ ਪੀ ਲਿਆ ਕਿ ਇਸ ਪਰਿਵਾਰ ਦਾ ਜਿਹੜਾ ਹੈ ਮੁਖੀਆ ਉਹ ਵੀਰ ਉਹਦਾ ਇਲਾਜ ਜਿਹੜਾ ਜ਼ਰੂਰ ਕਰਵਾਇਆ ਜਾਵੇ ਸੋ ਪਰਿਵਾਰ ਦਾ ਮੋਬਾਈਲ ਨੰਬਰ ਅਸੀਂ ਗੱਲਬਾਤ ਕਰਦੇ ਆ ਮੋਬਾਈਲ ਨੰਬਰ ਤੁਹਾਨੂੰ ਦੇਨੇ ਆ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰਕੇ ਤੇ ਕੋਈ ਵੀ ਜਿਹੜਾ ਇਲਾਜ ਕਰਵਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਹੈ ਇਸ ਪਰਿਵਾਰ ਨਾਲ ਸਿੱਧੀ ਤੁਸੀਂ ਕਰ ਸਕਦੇ ਹੋ ਕੋਈ ਮੋਬਾਈਲ ਨੰਬਰ ਚੱਲਦਾ ਤੁਹਾਡਾ ਹਾਂਜੀ ਚੱਲਦਾ ਬੋਲ ਕੇ ਦੱਸੋਗੇ ਹਾਂਜੀ ਬੋਲ ਕੇ ਦੱਸਾਂਗੇ ਹਾਂਜੀ ਭਾਈ ਮੋਬਾਈਲ ਨੰਬਰ ਹੈਗਾ 97810 ਹੂੰ 175 17261 ਇੱਕ ਵਾਰ ਫੇਰ ਬੋਲ ਦੋ 97810 17261 9781017261 ਪਰਿਵਾਰ ਦਾ ਮੋਬਾਈਲ ਨੰਬਰ ਹੈ ਕਿਸੇ ਵੀ ਦਾਨੀ ਸੱਜਣ ਨੇ ਸੰਪਰਕ ਕਰਨਾ ਵੇਸ ਪਰਿਵਾਰ ਦੇ ਨਾਲ ਸਿੱਧਾ ਸੰਪਰਕ ਕਰਕੇ ਇਸ ਪਰਿਵਾਰ ਦੀ ਜਿਹੜੀ ਆ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸਿਰਫ ਇਹ ਵੀਰ ਜਿਹੜਾ ਇੱਕ ਕੱਲਾ ਹੀ ਪਰਿਵਾਰ ਲਈ ਸਹਾਰਾ ਹੀ ਸ਼ਾ ਸਤਾ ਜਿਹੜਾ ਉਹ ਜੀਆ ਦਾ ਤੇ ਬਾਕੀ ਅਸੀਂ ਇਹਨਾਂ ਦੀ ਮਾਦਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਤਕਰੀਬ ਸਾਡਾ ਇੱਕ ਬੇਟਾ ਤੇ ਉਹ ਵੀ ਮੰਜੇ ਤੇ ਪਿਆ 4 ਮਹੀਨੇ ਹੋ ਗਏ ਆ ਉਹਦੀ ਬਾਹ ਤੇ ਕੋਈ ਸੱਟ ਲਾ ਗਿਆ ਤੇ ਸਾਨੂੰ ਤੇ ਬਹੁਤ ਮੁਸ਼ਕਲ ਆ ਘਰ ਚ ਰੋਟੀ ਦੀ ਵੀ ਤੇ ਬਾਕੀ ਉਹਦਾ ਪੈਸੇ ਖਣੋ ਵੀਰਜੀ ਨਹੀਂ ਲਾ ਜੁੰਦਾ ਤੇ ਨਾ ਕੋਈ ਸਰਕਾਰੀ ਹੱਥ ਪਾਉਂਦਾ ਹੀ ਆ ਤੇ ਸਾਡੇ ਤੇ ਜਿੰਨਾ ਵੀ ਵੀਰਜੀ ਤੁਸੀਂ ਮਜਦ ਕਰ ਸਕਦੇ ਜੋ ਉਹ ਨਹੀਂ ਥੋੜੀ ਆ ਜਿੰਨਾ ਹੀ ਬਹੁਤ ਦੁਖੀ ਛੇ ਅਸੀਂ ਜੀ ਅਖਾਨ ਵਾਲੇ ਐਤਾ ਅਸੀਂ ਦਿਹਾੜੀ ਦਾ ਪਾ ਕਰਦੇ ਤੁਹਾਨੂੰ ਪਤਾ ਦਿਹਾੜੀ ਦਾ ਪੈਨ ਕੀ ਬਣਦਾ ਵਾ ਕਿ ਜੇ ਬੰਦਿਆ ਦੀ ਕਮਾਈ ਹੋਵੇ ਤੇ ਪਰਕਤ ਪੈਂਦੀ ਆ ਇਹ ਬੜਾ ਵੀਰ ਜੀ ਅਸੀਂ ਮਜਬੂਰ ਆ ਇਸ ਘਰ ਦੇ ਵਿੱਚ ਅਸੀਂ ਪਾਣੀ ਤੋਂ ਵੀ ਤੰਗ ਆ ਤੇ ਕੋਠੇ ਮਠਲੇ ਸਾਡੀ ਉਹ ਵੀ ਚੋਣ ਡੇ ਵਾਲੇ ਟੁੱਟਣ ਵਾਲੇ ਪਤਾ ਨਹੀਂ ਕਿਹੜੇ ਵਾਲੇ ਟੁੱਟ ਜਾਣੇ ਆ ਇਸ ਘਰ ਦੇ ਵਿੱਚ ਬਹੁਤ ਵੀਰ ਜੀ ਆ ਤਕਰੀਬੀ ਆ ਤੇ ਜੋ ਵੀ ਤੁਹਾਡੇ ਤੋਂ ਵੀਰ ਜੀ ਸਾਡੀ ਸਹਾਇਤਾ ਕਰ ਸਕਦੇ ਜ਼ਰੂਰੀ ਕਰਨੀ ਚਾਹੀਦੀ ਆ ਪਰ ਸਾਡੇ ਸਾਡੇ ਘਰ ਦੀ ਮਿਹਨਤੀ ਹੱਥ ਜੋੜ ਕੇ ਵੀਰ ਜੀ ਮਿਹਨਤ ਕਰਦੇ ਆ ਤੁਹਾਡੀ ਜੀ ਪੂਰਨ ਸਿੰਘ ਜੀ ਇਸ ਪਰਿਵਾਰ ਨੂੰ ਕਿਸ ਤਰ੍ਹਾਂ ਜਾਣਦੇ ਹੋ ਜੀ ਪਰਿਵਾਰ ਮੇਰਾ ਆਪਣਾ ਪਰਿਵਾਰ ਮੈਂ ਇਹਨਾਂ ਦਾ ਸ੍ਰੀਤੇਜਾ ਦੇ ਚਾਚਾ ਲੱਗਦਾ ਮੁੰਡੇ ਦਾ ਤੇ ਬਾਕੀ ਇਹਦੀ 3-4 ਮਹੀਨੇ ਹੋ ਗਏ ਵਿਚਾਰੇ ਦੀ ਸੱਟ ਲੱਗੀ ਆ ਤੇ ਪਿਓ ਇਹਦਾ ਸਿਰ ਤੇ ਨਹੀਂਗਾ ਤੇ ਬੜੀ ਮੁਸ਼ਕਲ ਆ ਵੀ ਲਾਜ ਪੈਸੇ ਕੋਲੋਂ ਇਲਾਜ ਨਹੀਂ ਕਰਵਾਉਂਦਾ ਤੇ ਜਾਂਦੇ ਸਰਕਾਰੀ ਹਸਪਤਾਲ ਵੀ ਜਾਂਦੇ ਬਥੇਰਾ ਵਿਚਾਰੇ ਤਰਲੇ ਲੈ ਜਾਂਦੇ ਪਿੰਡ ਦੇ ਵਿੱਚ ਵੀ ਦੂ ਚੌਹ ਬੰਦਿਆਂ ਨੂੰ ਆਖਿਆ ਵਕੀ ਨੇ ਕੋਈ ਮਦਦ ਨਹੀਂ ਕੀਤੀ ਤੇ ਲਾਜ ਕੋਲੋਂ ਵਿਚਾਰਾ ਪਿਆ ਮੰਜੇ ਦੇ ਉੱਤੇ ਤੇ ਬਾਕੀ ਕਰੀਬੀ ਤੇ ਚਲੋ ਘਰ ਦੀ ਉਹਦੀ ਵਿਚਾਰੀ ਪਿੰਡ ਚ ਕੁਵਾ-ਕੂੜਾ ਕਰਦੀ ਆ ਮਾਤਾ ਵੀ ਤੇ ਟੈਮਾ ਦਾ ਰੋਟੀ ਪਾਣੀ ਮਾਰਾ ਚੰਗਾ ਬੱਚਿਆਂ ਨੂੰ ਖਾਉਂਦੇ ਆ ਬਾਕੀ ਪੈਸੇ ਹੁਣੋ ਇਲਾਜ ਨਹੀਂ ਕਰਾਉਂਦਾ ਤੇ ਚਲੋ ਦਾਨੀ ਸੱਜਣਾ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਵੀ ਚਲੋ ਜਿੰਨੀ ਤੋਂ ਵੱਧ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਵੱਧ ਵੱਧ ਕੀਤੀ ਜਾਵੇ ਕਿਹੜਾ ਪਿੰਡ ਇਹਨਾਂ ਦਾ ਪਿੰਡ ਕੀ ਸੁਭਾਵਾ ਵਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਤੇ ਡਿਸਟ੍ਰਿਕਟ ਤਹਿਸੀਲ ਸੁਭਾਚੋਲਾ ਸਾਹਿਬ ਦੇ ਲੱਗਦੇ ਆ ਬੱਤੀ ਸਰਿਆਲੀ ਦੇ ਲੱਗਦੇ ਹਾਂਜੀ ਬਾਬੇ ਤਾਰਾ ਹੋਂ ਦਾ ਗੁਰਦੁਆਰੇ ਨਾਲ ਗੁਰਪ੍ਰੀਤ ਸਾਹਿਬ ਦੇ